तुसी देख रहे हो नवरंग टीवी। 1 मई नूं पूरे देश भर विच मजदूर दिवस मनाया गया, पर की असल विच इह दिन मजदूरां लई किन्ना कु महत्व रखता है? इह तां जमीनी पद्धर ते विचर के ही पता लगता है कि मजदूरां दे हक्कां दी आवाज़ नूं बुलंद करन वालियां सरकारां ने इन्हां मजदूरां लई की कीता है। ਇਹ ਸਭ ਜਾਣਨ ਲਈ ਜਦੋਂ ਨਵਰੰਗ ਚੈਨਲ ਦੀ ਟੀਮ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਅਸਲ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲਾ ਮਜ਼ਦੂਰ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰ ਰਿਹਾ ਹੈ। ਤੁਸੀਂ ਖੁਦ ਹੀ ਦੇਖੋ ਜੋ ਕਿ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਮਜ਼ਦੂਰਾਂ ਦੀ ਭਲਾਈ ਲਈ ਕੀਤੇ ਜਾਂਦੇ ਦਾਅਵਿਆਂ ਦੀ ਹਵਾ ਕੱਢ ਰਹੀਆਂ ਨੇ। ਲੋਕਡਾਊਨ ਹੈ ਸਰ, ਕੰਮ ਹੈ ਨਹੀਂ, ਕਿਆ ਕਰੇਂਗੇ ਮਜ਼ਦੂਰ। ਆਪ ਬੱਚੋਂ ਕੋ ਵੀ ਸਾਥ ਲੈ ਕੇ ਆਤੇ ਹੋ ਐਸੇ? ਬੱਚੇ ਤਾਂ ਵੀ ਆ ਜਾਤੇ ਹੈ ਭਾਜੀ, ਆ ਜਾਤੇ ਹਰ ਰੋਜ਼। ਬਸ हर रोज नहीं आते हैं। अच्छा, कभी घर में अकेला छोड़ देंगे, हम इधर आ जाते हैं। ओके ओके। ये जो महिला तुसी बालन इकट्ठा कर दी देख रहे हो, ये किसी शौक नू नहीं बल्कि इस महिला दे घर विच चुल्हा बालन लई बालन नहीं सी। जे गल करिए इन्हां होर महिलावां दी तां जो लॉकडाउन दे बावजूद भी रोजी रोटी दा प्रबंध करन लई सिखर दोपहर भर गर्मी विच कम दी तलाश कर रहीआं ने, कि इन्हां महिलावां लई ये मजदूर दिवस कुछ राहत लैके आया है जां नहीं। ਮਤਲਬ ਲੋਕਡਾਊਨ ਦੇ ਵਿੱਚ ਜਦੋਂ ਆਪਾਂ ਜਾ ਰਹੇ ਹਾਂ, ਕੋਈ ਸਰਕਾਰ ਵੱਲੋਂ ਮਦਦ ਨਹੀਂ ਮਿਲੀ ਕੋਈ ਵੀ? ਨਹੀਂ ਮਿਲੀ। ਕੋਈ ਨਹੀਂ ਆਇਆ, ਕੋਈ ਘਰ ਦੇ ਵਿੱਚ ਕੋਈ ਮਦਦ ਦੇਣ ਕੋਈ ਵੀ ਨਹੀਂ ਪਹੁੰਚਿਆ? ਨਹੀਂ ਪਹੁੰਚਿਆ ਸਾਡੇ। ਹੁਣ ਜ਼ਰਾ ਇਹਨਾਂ ਮਾਸੂਮ ਬੱਚਿਆਂ ਵੱਲ ਦੇਖੋ, ਜਿਸ ਨੂੰ ਸਰਕਾਰਾਂ ਆਉਣ ਵਾਲਾ ਭਵਿੱਖ ਦੱਸਦੀਆਂ ਨਹੀਂ ਥੱਕਦੀਆਂ। ਇਹਨਾਂ ਲਈ ਇਹ ਮਜ਼ਦੂਰ ਦਿਵਸ ਕੋਈ ਮਹੱਤਵ ਨਹੀਂ ਰੱਖਦਾ ਜਨਾਬ। ਇਹਨਾਂ ਬੱਚਿਆਂ ਦੇ ਘਰ ਵਿੱਚ ਕੁਝ ਖਾਣ ਨੂੰ ਨਹੀਂ ਹੈ, ਜਿਸ ਲਈ ਇਹਨਾਂ ਨੂੰ ਛਿੱਟੇ ਚੁਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤੇ ਆਪ ਪੜ੍ਹਦੇ ਹੋ ਸਭੀ? कौन सी क्लास में? पंजवी में। आप क्या करेंगे इसको उठा के? जी, खाने है। खाना है आपने? जी। ठीक है, स्कूल अभी बंद है ना अभी? की ये है साडे देश का भविख जो कि अपना पेट भरन लई दर दर दियां ठोकरां खान नूं मजबूर है। ਮਜ਼ਦੂਰ ਦਿਵਸ ਮਨਾਉਣ ਵਾਲੀਆਂ ਸਰਕਾਰਾਂ ਜਾਂ ਹੋਰਨਾਂ ਲੋਕਾਂ ਨੂੰ ਲੋੜ ਹੈ ਮਜ਼ਦੂਰ ਦਿਵਸ ਮਨਾਉਣ ਦੇ ਨਾਲ ਨਾਲ ਜ਼ਮੀਨੀ ਪੱਧਰ 'ਤੇ ਰਹਿਣ ਵਾਲੇ ਇਹਨਾਂ ਗਰੀਬਾਂ ਦੀ ਮਦਦ ਕਰਨ। ਤਦ ਜਾ ਕੇ ਅਸੀਂ ਮਜ਼ਦੂਰ ਦਿਵਸ ਮਨਾਉਣ ਦੇ ਸਹੀ ਹੱਕਦਾਰ ਹੋਵਾਂਗੇ। ਕਣਕ ਦੇ ਖੇਤ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹਾਂ ਕਿ ਦੇਸ਼ ਦਾ ਭਵਿੱਖ ਜਿਹੜਾ ਆ ਕਿਸ ਤਰ੍ਹਾਂ ਛਿੱਟੇ ਚੁੱਕ ਕੇ ਜਿਹੜਾ ਕੱਲ੍ਹ ਖਾਣ ਲਈ ਜਿਹੜਾ ਆ ਉਹ ਅੱਜ ਤਿਆਰੀ ਕਰ ਰਿਹਾ ਆ, ਕਿਤੇ ਕਿਤੇ ਇਹਨਾਂ ਬੱਚਿਆਂ ਵੱਲ ਦੇਖ ਕੇ ਇੱਦਾਂ ਲੱਗਦਾ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਸਫਲ ਰਹਿ ਗਈਆਂ, ਕਿਉਂਕਿ ਅਸੀਂ ਬੱਚਿਆਂ ਨੂੰ ਵੀ ਜਿਹੜਾ ਖਾਣਾ ਆ ਉਹ ਪ੍ਰੋਵਾਈਡ ਨਹੀਂ ਕਰਵਾ ਸਕਦੇ। ਇਹ ਸੋਚਣ ਵਾਲੀ ਗੱਲ ਆ, ਕੀ ਕਹੀਏ। ਇੱਥੇ ਸਾਨੂੰ ਇਹੀ ਅਸੀਂ ਕਹਿ ਸਕਦੇ ਹਾਂ ਵੀ ਜੇ ਢੱਡ ਨਾ ਹੋਵੇ ਤਾਂ ਕੋਈ ਨਾ ਰੋਵੇ, ਇਹ ਮਸਲਾ ਸਾਰਾ ਰੋਟੀ ਦਾ। ਕੈਮਰਾਮੈਨ ਅਮਿਤ ਦੇ ਨਾਲ ਨਵਰੰਗ ਟੀਵੀ ਚੈਨਲ ਲਈ ਮੈਂ ਲਾਲ ਕਮਲ ਅਪਰਾ। ਨਵੀਆਂ ਅਤੇ ਤਾਜ਼ਾ ਤਰੀਨ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ ਯੂਟਿਊਬ ਚੈਨਲ ਲਾਈਕ ਕਰੋ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।